ਹਾਂ ਸੋਨੀਆ ਸਤਿ ਸ੍ਰੀ ਅਕਾਲ। ਨਹੀਂ ਟੱਚ ਨਹੀਂ ਕਰਦਾ ਮੈਂ, ਡੋਂਟ ਟੱਚ ਨਹੀਂ, ਸਿਰ ਤੇ ਹੱਥ ਰੱਖਦਾ ਮੈਂ, ਤੂੰ ਬੇਟੀ ਹੈ ਮੇਰੀ, ਏਦਾਂ ਬੇਟੀ ਦੇ ਸਿਰ। I want to be an employee in this association. Ji. Nice by you. Ji. Vaheguru ji ka khalsa, Vaheguru ji ki fateh ji. ਇਹ ਭੈਣ ਮਨਦੀਪ ਕੌਰ ਚਾਵਲਾ ਜੀ ਫਿਰੋਜ਼ਪੁਰ ਸ਼ਹਿਰ ਤੋਂ, ਤੁਸੀਂ ਦੇਖਿਆ ਸੀ ਜਦੋਂ ਭੈਣ ਸਾਡੇ ਨਾਲ ਆਏ ਸੀਗੇ, ਉਹ ਸ਼ੋਰਟ ਵੀਡੀਓ ਵੀ ਅਸੀਂ ਨਾਲ ਅਟੈਚ ਕੀਤੀ ਆ। ਅਤੇ ਅੱਜ ਭੈਣ ਮਨਦੀਪ ਕੌਰ ਚਾਵਲਾ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਨੇ। ਇਹਨਾਂ ਦਾ ਇੱਕ ਜਿਹੜਾ ਸਭ ਤੋਂ ਯੂਨੀਕ, ਇੱਕ ਦੁਨੀਆ ਦੇ ਨਾਲ ਅਲੱਗ ਤਰੀਕੇ ਨਾਲ ਰਹਿਣ ਦਾ ਆਪਣਾ ਇੱਕ ਤਰੀਕਾ, ਉਹਦੇ ਨਾਲ ਹੀ ਇੱਥੇ ਵੀ ਸਾਡੇ ਘਰ 'ਚ ਰਹਿ ਰਹੇ ਨੇ। ਜਿਵੇਂ ਤੁਸੀਂ ਦੇਖਦੇ ਹੋ ਸਟਿੱਕ ਇਹਨਾਂ ਨੇ ਫੜੀ ਹੋਈ ਹੱਥ 'ਚ, ਇਹ ਕਹਿੰਦੇ ਵੀ ਨੇਚਰ ਦੇ ਨਾਲ ਲੈਣਾ, ਮੈਂ ਕੋਈ ਖੁੰਡੀ ਨਹੀਂ ਲੈਣੀ, ਕਿਉਂਕਿ ਇਹਨਾਂ ਨੂੰ ਥੋੜ੍ਹੀ ਜਿਹੀ ਇੱਥੇ ਸਪਾਈਨਲ ਦੇ ਵਿੱਚ ਪ੍ਰੋਬਲਮ ਆ, ਤੁਰਨ 'ਚ ਦਿੱਕਤ ਆਉਂਦੀ ਆ। ਇੱਦਾਂ ਹੀ ਇਹ ਕੱਪੜੇ ਵੀ ਇਹਨਾਂ ਨੇ ਜਿਵੇਂ ਕੈਪ ਹੱਥ 'ਚ ਫੜੀ ਆ, ਹੱਥ ਨਾਲ ਆਪ ਬੁਣ ਕੇ ਪਾਉਂਦੇ ਨੇ। ਪਹਿਲਾਂ ਤਾਂ ਸਾਰੇ ਕੱਪੜੇ ਵੀ ਆਪਦੇ ਆਪ ਹੀ ਬੁਣ ਕੇ ਪਾਉਂਦੇ ਸੀ, ਪਰ ਹੁਣ ਸੂਟ ਸੀਤਾ ਜਿਹੜਾ ਪਾਇਆ ਭੈਣ ਨੇ, ਚੁੰਨੀ ਲਈ ਆ, ਹੁਣ ਸਾਡੇ ਨਾਲ ਕੰਮ ਵੀ ਕਰਾਉਂਦੇ ਨੇ। ਹੁਣ ਗੁਰਦੁਆਰਾ ਸਾਹਿਬ 'ਚੋਂ ਆਏ ਨੇ ਇਹ ਮੱਥਾ ਟੇਕ ਕੇ ਸਾਡੇ ਇੱਥੇ। ਸੁਪਨਿਆਂ ਦੇ ਘਰ ਵਿੱਚ ਕੋਈ ਵੀ ਇਹਨਾਂ ਦੀ ਡਿਊਟੀ ਲਾਉਂਦੇ ਆ ਛੋਟੀ ਮੋਟੀ, ਉਹ ਵੀ ਸਾਡੇ ਨਾਲ ਕਰਾਉਂਦੇ ਨੇ ਕੰਮ। ਹੁਣ ਆਲਮੋਸਟ ਮਨਦੀਪ ਕੌਰ ਚਾਵਲਾ ਭੈਣ ਜੀ ਠੀਕ ਨੇ, ਅਤੇ ਸਾਡੇ ਸੁਪਨਿਆਂ ਦੇ ਘਰ ਦੇ ਐਜ਼ ਏ ਵਲੰਟੀਅਰ, ਐਜ਼ ਏ ਟੀਮ ਮੈਂਬਰ ਕੰਮ ਕਰਨ ਨੂੰ ਬਿਲਕੁਲ ਰੈਡੀ ਨੇ ਹੁਣ ਭੈਣ। ਅਤੇ ਬਾਕੀ ਮਨਦੀਪ ਭੈਣ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? I want to be an employee in this association. Ji. Nice by you. Ji. And I'm agree if you gave any uniform for me, I will take it and wear. ਜੀ, ਅਸੀਂ ਜਿਹੜੇ ਤੁਹਾਨੂੰ ਕੱਪੜੇ ਦੇਵਾਂਗੇ ਤੁਸੀਂ ਪਾਓਗੇ, ਉਹ ਵੀ ਜਿਹੜਾ ਕੰਮ ਦੇਵਾਂਗੇ ਉਹ ਵੀ ਕਰੋਗੇ ਤੁਸੀਂ, ਹੈ ਨਾ? ਜ਼ਿਆਦਾ ਕੰਮ ਤੁਹਾਨੂੰ ਕਿਹੜਾ ਪਸੰਦ ਆ ਕਰਨਾ? ਟਰੈਵਲਿੰਗ ਵਾਲਾ ਪਸੰਦ ਆ। ਟਰੈਵਲਿੰਗ ਵਾਲਾ ਕੰਮ ਹੋਵੇ ਥੋੜਾ ਜ਼ਿਆਦਾ, ਓਕੇ। ਵੈਸੇ ਟੀਚਿੰਗ ਵੀ ਕਰਾ ਸਕਦੇ ਹੁੰਦੇ? ਇੰਗਲਿਸ਼ ਦੇ ਵਿੱਚ ਹੋਵੇ, ਵੀ ਜਿਸ ਤਰ੍ਹਾਂ ਵਿਜ਼ਿਟ ਤੁਸੀਂ ਵੀ ਕਰਦੇ ਹੋ ਜੀ, ਉਵੇਂ ਕਿਤੇ ਵਿਜ਼ਿਟ ਕਰਨਾ ਹੋਵੇ ਤੇ ਉਹ ਵਾਲਾ ਮੈਨੂੰ ਜ਼ਿਆਦਾ ਪਸੰਦ ਆ। ਬਾਹਰ ਜੀ ਆਪਾਂ ਕੋਈ ਨਵੇਂ ਪੇਸ਼ੈਂਟ ਨੂੰ ਲੈ ਕੇ ਆਉਂਦੇ ਹਾਂ, ਜਾ ਕੇ ਜਾਂ ਕਿਵੇਂ, ਤੁਸੀਂ ਨਾਲ ਜਾ ਕੇ ਸਾਡੇ ਨਾਲ ਫਿਰ ਉਹ ਵੀ ਹੈਲਪ ਕਰਾਓਗੇ? ਹਾਂਜੀ, ਸਿਰਫ ਮੈਂ ਜੋ ਉਹਨਾਂ ਦੇ ਨਾ ਚੇਂਜ ਵਗੈਰਾ ਨਹੀਂ ਕਰਦੀ ਹੁੰਦੀ। ਓਕੇ, ਜਿਵੇਂ ਗਾਰਮੈਂਟਸ ਜਾਂ ਕੋਈ ਕੱਪੜੇ ਹੈ ਨਾ, ਚੇਂਜ ਕਰ ਸਕਦੇ। ਕੋਈ ਗੱਲ ਨਹੀਂ, ਉੱਦਾਂ ਤੁਸੀਂ ਵੈਸੇ ਉਹਨਾਂ ਨੂੰ ਸਮਝਾਉਣਾ, ਉਹਨਾਂ ਦੀ ਕਾਉਂਸਲਿੰਗ ਕਰਨੀ ਆ, ਉਹ ਤਾਂ ਕਰ ਹੀ ਸਕਦੇ ਹੋ ਨਾ, ਹੈ ਨਾ? ਠੀਕ ਹੈ, ਠੀਕ ਹੈ। ਤੇ ਮਨਦੀਪ ਭੈਣੇ, ਸਟੱਡੀ ਤੁਹਾਡੀ ਕਿੱਥੇ ਹੋਈ? ਸਾਰੀ ਫਿਰੋਜ਼ਪੁਰ ਹੀ ਹੋਈ ਆ ਪੜ੍ਹੇ? ਐਮ ਏ ਤੁਸੀਂ ਫਿਰੋਜ਼ਪੁਰ ਹੀ ਕੀਤੀ, ਪ੍ਰਾਈਵੇਟ ਕੀਤੀ ਹੈ? ਠੀਕ ਹੈ, ਠੀਕ ਹੈ, ਠੀਕ ਹੈ। ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀਗੇ? ਪਾਪਾ ਕੰਟਰੈਕਟਰ। ਕੰਟਰੈਕਟਰ ਸੀਗੇ, ਨਾਲ ਉਹਨਾਂ ਦੇ ਵੀ ਗਏ ਜਿਵੇਂ ਵਹੀਕਲਸ ਵੀ ਆ, ਟਰੈਕਟਰ ਹੁੰਦੇ ਨਾ, ਐਗਰੀਕਲਚਰਲ ਸਮਾਨ। ਠੀਕ ਹੈ, ਠੀਕ ਹੈ। ਚਲੋ ਮਨਦੀਪ ਕਰੋ ਭੈਣ, ਇੱਥੇ ਠੀਕ ਲੱਗ ਰਿਹਾ ਆ ਕੇ? ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਭੈਣ? ਨਹੀਂ। ਥੈਂਕ ਯੂ ਭੈਣ, ਥੈਂਕ ਯੂ। ਇਹ ਸਾਡੇ ਭੈਣ ਨੇ ਜੀ ਮਨਦੀਪ ਕੌਰ ਚਾਵਲਾ, ਇਹਨਾਂ ਲਈ ਅਰਦਾਸ ਵੀ ਕਰਿਓ, ਇਹਨਾਂ ਦਾ ਆਉਣ ਵਾਲਾ ਜੀਵਨ ਹੋਰ ਖੁਸ਼ੀਆਂ ਭਰਿਆ, ਤੰਦਰੁਸਤੀ ਭਰਿਆ, ਸੇਵਾ ਨਾਲ ਭਰਪੂਰ ਹੋਵੇ। ਅਤੇ ਸਾਡੀ ਭੈਣ ਆਪਣੇ ਜੀਵਨ ਦੇ ਵਿੱਚ ਇੰਨੀਆਂ ਖੁਸ਼ੀਆਂ ਮਾਨਣ, ਆਪਣੇ ਜੀਵਨ ਦੇ ਵਿੱਚ ਸੱਚੇ ਪਾਤਸ਼ਾਹ ਇਹਨਾਂ ਨੂੰ ਇੰਨੀਆਂ ਖੁਸ਼ੀਆਂ ਦੇਣ ਵੀ ਇਹ ਖੁਸ਼ੀਆਂ ਭਰਿਆ ਜੀਵਨ। ਹਾਂ, ਇੰਪਲੋਇਮੈਂਟ ਦੇਣ, ਤਾਂ ਇਹ ਜੋਬ ਮੰਗਦੇ ਨੇ ਹੁਣ, ਮੈਨੂੰ ਕੋਈ ਜੋਬ ਮਿਲ ਜਾਵੇ, ਮੈਂ ਬਿਜ਼ੀ ਹੋਣਾ ਚਾਹੁੰਦੀ, ਮੈਨੂੰ ਕੋਈ ਯੂਨੀਫਾਰਮ ਦਿਓਗੇ ਮੈਂ ਉਹ ਵੀ ਪਾਊਂਗੀ, ਜਿਹੜਾ ਤੁਸੀਂ ਕੰਮ ਦਿਓਗੇ ਮੈਂ ਉਹ ਵੀ ਕਰਾਂਗੀ। ਅਰਦਾਸ ਕਰਿਓ ਸਾਡੀ ਮਨਦੀਪ ਕੌਰ ਭੈਣ ਨੂੰ ਕੋਈ ਚੰਗੀ ਜੋਬ ਮਿਲ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।